हाँ जी सर, अज तुहाडे वल्लों जिहड़ा फ्लैग मार्च धारीवाल च कढ़िया गया, सर ये फ्लैग मार्च क्यों कढ़िया गया जी? साढ़े मानयोग डी जी पी साहब के दिशा निर्देशों से साढ़े मानयोग एस एस पी साहब की हदायतों के अनुसार जिहड़ा वा अज जिहड़ा धारीवाल कस्बे दे विच जिहड़ा वा फ्लैग मार्च जिहड़ा वा कढ़िया गया वा, ये फ्लैग मार्च जिहड़ा वा लोगों के विश्वास की भावना पैदा करन ते लोकी अपने आप नूं जिहड़ा सुरक्षित महसूस करन उसके वास्ते जिहड़ा कढ़िया गया वा। तो जिहड़ा अहीं जिहड़ा ये बिल्कुल इलाके दे विच बिल्कुल शांति आ, ये सिर्फ लोगों के जिहड़ा विश्वास की भावना पैदा करने वास्ते जिहड़ा असीं फ्लैग मार्च रूटीन दे विच करदे आ। सर अज डी आई जी बॉर्डर रेंज नरेंद्र भार्गव जी आए सीगे, बहुत वड्डी मात्रा च हथियार ड्रग मनी ते ड्रग फड़ी गई आ। कुछ समा पहलां असीं देख रहे हां कि तुसीं वी कारां दी इत्थे बहुत बरीकी दे नाल जिहड़ा वा छानबीन कर रहे जी, कोई इत्थों दी वी कोई इदां दी इनपुट तां नहीं आई दी तुहानूं? हाँ जी, साडियां ये साढ़े सीक्रेट मसले आ, इनपुट आउंदियां रहिंदियां ने, उहदे ते अहीं अपना कम करदे रहिंदे आ। ते अज जिहड़ी अहीं रूटीन दे विच जिहड़ी आ उह चैकिंग कर रहे हां, हर रोज़ ही करदे आ। सर कल मोगे दे विच दिन दिहाड़े जिहड़ा वा एक सुनहरी दुकान ते लुट हुंदी आ, और लुट दे बाद जिहड़ा वा उस सुनहरे नूं मार भी दित्ता जांदा वा। इहदे नाल दी नाल लुधियाणे विच वी एक बहुत वड्डी डकैती होई सी जिहड़ी सॉल्व भी कर ली गई 60 घंटिआं च, उहनूं लै के कोई खास अलर्ट नहीं है जी इत्थे? हाँ जी, उहदे संबंध दे विच असीं 24 घंटे ही इत्थे अलर्ट रहिंदे आ। ਅਸੀਂ ਬਿਲਕੁਲ ਜਿਹੜਾ ਵਾ ਸਾਡੀ ਜਿਹੜੀ ਪੁਲਿਸ ਹੈ ਇੱਥੋਂ ਦੀ ਪੂਰੀ ਮਸਤੈਦੀ ਨਾਲ ਕੰਮ ਕਰਦੇ ਹਾਂ। 24 ਘੰਟੇ ਦੇ ਨਾਕੇ ਨੇ, ਗਸ਼ਤਾਂ ਨੇ ਲਗਾਤਾਰ ਚੱਲਦੀਆਂ ਨੇ, ਅਸੀਂ ਵਹੀਕਲਾਂ ਦੀ ਚੈਕਿੰਗ ਕਰਦੇ ਹਾਂ ਅਤੇ ਪੁਲਿਸ ਜਿਹੜੀ ਆ ਹਰ ਟਾਈਮ ਹੀ ਪੂਰੀ ਤਰ੍ਹਾਂ ਜਿਹੜੀ ਆ ਮਸਤੈਦ ਰਹਿੰਦੀ। ਸਰ ਜਿੱਦਾਂ ਧਾਰੀਵਾਲ 'ਚ ਵੀ ਜਵੈਲਰ ਦੀਆਂ ਦੁਕਾਨਾਂ ਨੇ ਜਾਂ ਧਾਰੀਵਾਲ 'ਚ ਜਿਹੜੇ ਬੈਂਕ ਨੇ, ਇਹਨਾਂ ਨੂੰ ਕੋਈ ਆਪ ਜੀ ਵੱਲੋਂ ਸੇਫਟੀ ਦੇ ਲਈ ਕੋਈ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਨੇ? ਹਾਂਜੀ, ਅਸੀਂ ਇਹਨਾਂ ਨੂੰ ਹਰ ਰੋਜ਼ ਜਿਹੜਾ ਵਾ ਜਿਹੜੀਆਂ ਜਿਹੜੀ ਹਰ ਇੱਕ ਬੈਂਕ ਦੇ ਵਿੱਚ ਜਿਹੜੀ ਆ ਡਿਊਟੀ ਅਫਸਰ ਵੱਲੋਂ ਸੀਨੀਅਰ ਅਫਸਰ ਵੱਲੋਂ ਵੀ ਚੈਕਿੰਗ ਪਾਈ ਜਾਂਦੀ ਆ, ਬਕਾਇਦਾ ਹਰ ਬੈਂਕ ਦੇ ਵਿੱਚ ਜਿਹੜੇ ਅਸੀਂ ਰਜਿਸਟਰ ਮੇਨਟੇਨ ਕੀਤੇ ਹੋਏ ਆ, ਅਤੇ ਜਿਹੜਾ ਉੱਥੋਂ ਦੇ ਜਿਹੜੇ ਗਨਮੈਨ ਆ, ਜਿਹੜਾ ਸਟਾਫ ਆ, ਉਹਨਾਂ ਨੂੰ ਬਕਾਇਦਾ ਰੋਜ਼ ਹਦਾਇਤਾਂ ਦੇ ਕੇ ਆਈਦੀਆਂ। ਸਰ 18 ਤਰੀਕ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਆ ਰਹੇ ਆ, ਉਹਨਾਂ ਦੀ ਗੁਰਦਾਸਪੁਰ 'ਚ ਇੱਕ ਵੱਡੀ ਰੈਲੀ ਹੋ ਰਹੀ, ਸਰ ਉਹਦੇ ਬਾਰੇ ਕੀ ਕਹੋਗੇ? ਹਾਂਜੀ, 18 ਤਰੀਕ ਨੂੰ ਸਾਡੇ ਮਾਣਯੋਗ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਜਿਹੜੇ ਆ ਉਹ ਗੁਰਦਾਸਪੁਰ ਦੇ ਵਿੱਚ ਆ ਰਹੇ ਨੇ, ਜਿਹਦੇ ਜਿਹੜਾ ਵਾ ਸਾਡੇ ਜ਼ਿਲ੍ਹਾ ਵੱਲੋਂ ਜਿਹੜਾ ਵਾ ਪੂਰੇ ਪੁਖਤਾ ਗਏ ਆ, ਠੀਕ ਆ, ਹਰੇਕ ਚੱਪੇ ਚੱਪੇ ਦੇ ਉੱਤੇ ਜਿਹੜਾ ਵਾ ਮਤਲਬ ਨਾਕੇ ਲਗਾਏ ਗਏ ਆ, 24 ਘੰਟੇ ਦੀਆਂ ਗਸ਼ਤਾਂ ਚਲਾਈਆਂ ਗਈਆਂ ਵਾ। ਇਸ ਤੋਂ ਇਲਾਵਾ ਜਿਹੜੇ ਸਾਰੀਆਂ ਇੰਟੈਲੀਜੈਂਸ ਜਿਹੜੀਆਂ CID ਨੇ ਉਹ ਵੀ ਪੂਰੇ ਸਰਗਰਮ ਨੇ, ਅਤੇ ਜਿਹੜਾ ਇਹ ਪ੍ਰੋਗਰਾਮ ਹੈ ਬਿਲਕੁਲ ਸ਼ਾਂਤੀਪੂਰਨ ਤਰੀਕੇ ਨਾਲ ਨੇਪਰੇ ਚਾੜਿਆ ਜਾਵੇਗਾ। ਸਰ ਆਮ ਪਬਲਿਕ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਅਸੀਂ ਆਮ ਲੋਕਾਂ ਨੂੰ ਇਹੋ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜੇ ਕੋਈ ਤੁਹਾਨੂੰ ਕੋਈ ਸ਼ੱਕੀ ਵਿਅਕਤੀ ਮਿਲਦਾ ਵਾ, ਕੋਈ ਲਵਾਰਸ ਚੀਜ਼ ਮਿਲਦੀ ਆ, ਉਹ ਜਿਹੜੀ ਆ ਤੁਰੰਤ ਜਿਹੜੀ ਆ ਲੋਕਲ ਪੁਲਿਸ ਨੂੰ ਇਤਲਾਹ ਦਿਓ, ਅਤੇ ਇੱਕ ਜਿਹੜਾ ਕੋਈ ਵੀ ਜਿਹੜਾ ਗਲਤ ਖਬਰਾਂ ਵਾ ਉਹ ਨਾ ਫੈਲਾਏ ਅਤੇ ਨਾ ਹੀ ਉਹਦੇ ਉੱਤੇ ਤੁਸੀਂ ਕੋਈ ਗੌਰ ਕਰੋ। ਧੰਨਵਾਦ ਸਰ। ਧੰਨਵਾਦ।